ਕੋਵਿਡ ਨੂੰ ਲੈ ਕੇ ਜਿੱਥੇ ਪੂਰਾ ਦੇਸ਼ ਇਸ ਨਾਲ ਲੜਾਈ ਲੜ ਰਿਹਾ ਹੈ ਤੇ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ। ਉਸੀ ਲੜਾਈ ਨੂੰ ਜਾਰੀ ਰੱਖਦਿਆਂ ਹੋਇਆ ਸੂਬਾ ਸਰਕਾਰ ਵੀ ਆਪਣੇ ਸੂਬੇ ਦੇ ਲੋਕਾਂ ਨੂੰ ਲੈ ਕੇ ਉਹਨਾਂ ਦੀ ਸਿਹਤਯਾਬੀ ਲਈ ਵਚਨਬੱਧ ਹੈ। ਇਸ ਦੇ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ ਰਾਜਪੁਰਾ ਦੇ ਬਹਾਵਲਪੁਰ ਭਵਨ ਵਿੱਚ ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਦੇ ਦਿਸ਼ਾ ਨਿਰਦੇਸ਼ ਹੇਠ ਤੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਦੀ ਅਗਵਾਈ ਵਿੱਚ 18 ਸਾਲ ਤੋਂ ਲੈ ਕੇ 44 ਸਾਲ ਤੱਕ ਦੇ ਨੌਜਵਾਨ ਤੇ ਆਮ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਾਏਗੀ, ਜਿਸ ਵਿੱਚ ਆਮ ਲੋਕ ਤੇ ਨੌਜਵਾਨ ਇਸ ਵੈਕਸੀਨ ਦੇ ਪ੍ਰਤੀ ਜਾਗਰੂਕ ਨਜ਼ਰ ਆਏ ਤੇ ਪੂਰੇ ਉਤਸ਼ਾਹ ਨਾਲ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਇਸ ਸੰਬੰਧੀ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜੋ ਕੋਵਿਡ ਵੈਕਸੀਨ ਦਾ ਕੈਂਪ ਚੱਲ ਰਿਹਾ ਹੈ ਪੰਜਾਬ ਸਰਕਾਰ ਦੀ ਅਗਵਾਈ ਹੇਠ ਇੱਥੇ ਚੱਲ ਰਿਹਾ ਹੈ ਤੇ ਰੋਜ਼ ਹੀ ਇਹ ਕੈਂਪ ਚੱਲਦਾ ਰਹੇਗਾ ਤੇ ਜਿਸ ਵਿੱਚ 18 ਵਾਲੇ ਜਿਹੜੇ ਵੀ ਨੌਜਵਾਨ ਹਨ ਉਹ ਆ ਕੇ ਇੱਥੇ ਆਪਣਾ ਕੋਵਿਡ ਵੈਕਸੀਨ ਲਗਵਾ ਸਕਦੇ ਹਨ। ਉਹਨਾਂ ਨੇ ਅੱਗੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਵਿੱਚ ਜ਼ਿਆਦਾ ਇਕੱਠ ਨਾ ਹੋਵੇ ਇਸ ਕਰਕੇ ਕੋਵਿਡ ਵੈਕਸੀਨੇਸ਼ਨ ਕੈਂਪ ਬਹਾਵਲਪੁਰ ਭਵਨ ਵਿੱਚ ਰੋਜ਼ ਲੱਗੇਗਾ, ਜਿਸ ਵਿੱਚ ਨੌਜਵਾਨ ਤੇ ਆਮ ਲੋਕ ਇਸ ਦਾ ਫਾਇਦਾ ਲੈ ਸਕਦੇ ਹਨ। ਜਿਹੜੇ 18 ਸਾਲ ਤੋਂ 44 ਸਾਲ ਦੇ ਨੌਜਵਾਨ ਨੇ ਜਿਹੜੇ ਉਹਨਾਂ ਦਾ ਜਿਹੜਾ ਵੈਕਸੀਨੇਸ਼ਨ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਔਰ ਜਿਹੜੀ ਇੱਥੇ ਅਹਿਮ ਗੱਲ ਹੈ ਕਿ ਜਿਹੜੀ ਵੈਕਸੀਨੇਸ਼ਨ ਅੱਜ ਹੋ ਰਹੀ ਹੈ ਇਹ ਵੈਕਸੀਨ ਪੰਜਾਬ ਸਰਕਾਰ ਨੇ ਆਪ ਖਰੀਦ ਕੀਤੀ ਹੈ ਜੀ। ਜਿਹੜੀ ਪਹਿਲਾਂ ਲੱਗ ਰਹੀ ਸੀ ਅੱਜ ਤੋਂ ਪਹਿਲਾਂ ਉਹ ਸਾਰੀ ਜਿਹੜੀ ਸੈਂਟਰ ਤੋਂ ਆ ਰਹੀ ਸੀ ਉਹਦੀ ਕਮੀ ਹੋਣ ਕਰਕੇ ਕਿਉਂਕਿ CM ਸਾਹਿਬ ਨੇ ਬੜੀ ਸੂਝਵਾਨ ਤਰੀਕੇ ਦੇ ਨਾਲ ਇਹ ਪੰਜਾਬ ਸਰਕਾਰ ਨੇ ਖੁਦ ਆਪਣੇ ਫਰਜ਼ ਨਾਲ ਇਹ ਵੈਕਸੀਨ ਖਰੀਦ ਕੀਤੀ ਹੈ ਔਰ ਅੱਜ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਕਾਫੀ ਲੋਕਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਅੱਜ ਇੱਥੇ ਵੈਕਸੀਨ ਲਵਾਉਣ ਵਾਸਤੇ ਪਹੁੰਚੇ। ਸਰ, ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਬਾਹਰ ਕਾਫੀ ਗਿਣਤੀ 'ਚ ਲੋਕ ਲੱਗੇ ਹੋਏ ਹੈ ਔਰ ਉਹਨਾਂ ਦਾ ਇਹ ਕਹਿਣਾ ਕਿ ਹਾਂਜੀ ਅੰਦਰੋਂ ਦੀ ਮਤਲਬ ਪਿਛਲੇ ਗੇਟ ਤੋਂ ਅੰਦਰ ਆ ਰਹੇ ਹਾਂ, ਅਸੀਂ ਕਾਫੀ ਟਾਈਮ ਦੇ ਬਾਹਰ ਖੜੇ ਹਾਂ। ਕੁਛ ਲੋਕ ਤਾਂ ਇੱਦਾਂ ਦੇ ਆ ਜਿਹੜੇ ਕਿ ਹਜੇ ਵੀ ਕਹਿੰਦੇ ਦੋ ਢਾਈ ਢਾਈ ਘੰਟੇ ਹੋ ਗਏ ਅਸੀਂ ਬਾਹਰ ਖੜੇ ਹਾਂ। ਸਵੇਰੇ 9 ਵਜੇ ਤੋਂ ਮੈਂ ਇੱਥੇ ਡਿਊਟੀ ਦੇ ਰਹੇ ਹਾਂ ਜੀ, ਕਿਉਂਕਿ ਕਾਫੀ ਟਾਈਮ ਬਾਅਦ ਲੋਕ ਵੇਟਡ ਸੀਗੇ ਵੀ 18 ਸਾਲ ਤੋਂ ਜਿਹੜੀ ਹੈਗੀ ਹੈ 44 ਸਾਲ ਤੱਕ ਸ਼ੁਰੂਆਤ ਹੋਵੇ ਜੀ। ਨੈਚੁਰਲ ਹੈ ਕਿ ਵੱਡੀ ਗਿਣਤੀ ਦੇ ਲੋਕ ਆਏ ਨੇ, ਦੇਖੋ ਡਾਕਟਰ ਸਾਹਿਬ ਸਾਰੇ ਕੰਮ ਕਰ ਰਹੇ ਨੇ ਲਗਾਤਾਰ ਜੀ। ਹੁਣ ਅਸੀਂ 5 ਮਿੰਟ 10 ਮਿੰਟ ਬ੍ਰੇਕ ਦਿੱਤੀ ਸਿਰਫ, ਇਹਨਾਂ ਨੂੰ ਅਸੀਂ ਪਾਣੀ ਪਿਲਾਇਆ, ਉਹਨਾਂ ਨੂੰ ਰਿਫਰੈਸ਼ਮੈਂਟ ਦਿੱਤੀ ਹੈ ਜੀ ਜੀ, ਕਿਉਂਕਿ ਲਗਾਤਾਰ ਕੰਮ ਕਰ ਰਹੇ ਸਵੇਰ ਦਾ ਜੀ। ਜਿਹੜੇ ਨਾਲ ਲੈਪਟਾਪ ਵੀ ਹੈਗੇ ਉਹਨਾਂ ਨੂੰ ਰੈਸਟ ਚਾਹੀਦੀ ਥੋੜ੍ਹੀ ਜਿਹੀ, ਇਹ ਠੀਕ ਹੈ ਵੀ ਜਿਹੜਾ ਬੰਦਾ ਆਇਆ ਉਹ ਕਹਿੰਦਾ ਵੀ ਮੇਰਾ ਫਟਾਫਟ ਲੱਗ ਜਾਵੇ, ਬਿਲਕੁਲ। ਪਰੰਤੂ ਜਦੋਂ ਅੱਜ ਸ਼ੁਰੂਆਤ ਹੋਈ ਹੈ ਇਸ ਜਿਹੜੀ ਜਿਹੜੀ ਆਪਣਾ ਇਹਨਾਂ ਦਾ ਵਿੱਚ ਜਿਹੜਾ ਉਮਰ ਦਾ ਜਿਹੜਾ ਹੈਗਾ ਨਾਲ ਅੱਜ ਸ਼ੁਰੂਆਤ ਕੀਤੀ ਹੈ ਜੀ, ਕਾਫੀ ਲੋਕ ਹੈਗੇ ਸੀ ਵੇਟਡ ਸੀਗੇ ਆਏ ਆ, ਦੇਖੋ ਟਾਈਮ ਤਾਂ ਜ਼ਰੂਰ ਲੱਗਿਆ ਜੀ, ਪਰੰਤੂ ਵੈਕਸੀਨ ਸਫੀਸ਼ੀਐਂਟ ਹੈ ਇਹਨਾਂ ਕੋਲ, ਅਸੀਂ ਖੜਿਆ ਸ਼ਾਮ ਨੂੰ ਸਭ ਕੁਝ ਸਾਰਾ ਲਵਾ ਕੇ ਜਾਵਾਂਗੇ, ਖਾਲੀ ਨਹੀਂ ਮੁੜਦੇ। ਸਰ, ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਕਾਫੀ ਗਿਣਤੀ 'ਚ ਲੋਕ ਬਾਹਰ ਵੀ ਹੈ, ਕਾਫੀ ਗਿਣਤੀ 'ਚ ਲੋਕ ਲਗਵਾ ਕੇ ਵੀ ਗਏ ਹੈ, ਜੋ ਬਾਹਰ ਖੜੇ ਆ ਉਹ ਸਾਰਿਆਂ ਨੂੰ ਵੈਕਸੀਨ ਲੱਗੇਗੀ ਜਾਂ ਜਿਸ ਤਰ੍ਹਾਂ ਮੇਨ ਗੇਟ ਵੀ ਖੁੱਲ੍ਹਾ ਹੈ ਲੋਕ ਆ ਰਹੇ ਆ ਫਿਰ ਇੱਥੇ ਰਸ਼ ਹੋ ਰਿਹਾ? ਅਸੀਂ 100-100 ਬੰਦਾ ਅੰਦਰ ਕਰ ਰਹੇ ਹਾਂ ਹਾਲ ਦੇ ਅੰਦਰ, ਉਹਨਾਂ ਦੇ ਸਿਸਟਮ ਨਾਲ ਉਹਨਾਂ ਨੂੰ ਉਹਨਾਂ ਦਾ ਜਿਹੜੀ ਹੈਗੀ ਆ ਦੂਰੀ ਬਣਾ ਕੇ ਆਰਾਮ ਨਾਲ ਕਰਾ ਕੇ ਉਹਨਾਂ ਨੂੰ ਬੈਠ ਕੇ ਅਸੀਂ ਫਿਰ 100 ਬੰਦਾ ਫਿਰ ਅੰਦਰ ਵਾੜਦੇ। ਇਹਦਾ ਜਿਹੜਾ ਸਾਨੂੰ ਜਿਹੜਾ ਘੰਟਾ ਇੱਕ ਡੇਢ ਘੰਟਾ ਲੱਗ ਜਾਂਦਾ ਉਹਨਾਂ 100 ਬੰਦਿਆਂ ਨੂੰ ਕਲੀਅਰ ਕਰਨ ਵਾਸਤੇ, ਉਨਾ ਟਾਈਮ ਲੱਗ ਰਿਹਾ ਔਰ ਇਹ ਜ਼ਰੂਰੀ ਕਿ ਇਸ ਇਲਾਵਾ ਇੰਨਾ ਜ਼ਿਆਦਾ ਸਟਾਫ ਵੀ ਨਹੀਂ ਹੈ। ਸਰ, ਇਹ ਜਿੱਦਾਂ ਅੱਜ ਸ਼ੁਰੂਆਤ ਹੋਈ ਹੈ 18 ਤੋਂ 45 ਸਾਲ ਦੇ ਵਿੱਚ ਦੇ ਏਜ ਦੇ, ਅਤੇ ਇਹ ਅੱਗੇ ਵੀ ਸਰ ਚੱਲੇਗਾ? ਅੱਗੇ ਜੋ SMO ਸਾਹਿਬ ਨੇ ਸਰ ਸਾਨੂੰ ਦੱਸਿਆ ਰੋਜ਼ ਇੱਥੇ ਕੈਂਪ ਲੱਗੇਗਾ ਜੀ, ਕਿਉਂਕਿ ਇਹਨਾਂ ਨੇ ਅੱਜ ਐਡ ਵੀ ਦਿੱਤੀ ਜਿਹੜੀ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਆਇਆ ਉਹਦੇ ਵਿੱਚ ਵੀ ਬਹਾਵਲਪੁਰੀ ਫੋਨ ਦਾ ਜਿਹੜਾ ਉਹਨਾਂ ਨੇ ਪੱਕਾ ਦਿੱਤਾ ਜੀ, ਇੱਥੇ ਰੋਜ਼ ਜਿਹੜੀ ਵੈਕਸੀਨੇਸ਼ਨ ਇੱਥੇ ਹੋਊਗੀ, ਮਤਲਬ ਇੱਥੇ ਦਾ ਪੱਕਾ ਹੀ ਬਣ ਗਿਆ ਕਿ ਸਰਕਾਰੀ ਹਸਪਤਾਲ ਵੀ ਉਹਨਾਂ ਨੇ ਬੰਦ ਕਰ ਦਿੱਤੀ? ਠੀਕ ਹੈ ਜੀ, ਕਿਉਂਕਿ ਉੱਥੇ ਮਰੀਜ਼ ਹੋਰ ਜ਼ਿਆਦਾ ਨੇ ਜੀ, ਕੋਵਿਡ ਦੇ ਮਰੀਜ਼ ਬਹੁਤ ਜ਼ਿਆਦਾ ਆ ਗਏ ਉੱਥੇ ਜੀ, ਤਾਂ ਉਹ ਉੱਥੇ ਵਜ਼ਨ ਘਟਾਉਣ ਵਾਸਤੇ ਉਹਨਾਂ ਨੇ ਸਾਰਾ ਇੱਧਰ ਡਾਇਵਰਟ ਕਰਤਾ, ਉਹਦੇ 'ਚ ਇੰਫਰਾਸਟ੍ਰਕਚਰ ਅੱਛਾ ਇੱਥੇ, ਲੋਕ ਆਰਾਮ ਨਾਲ ਇੱਥੇ ਆਪਣਾ ਵੈਕਸੀਨੇਸ਼ਨ ਕਰਾ ਰਹੇ। ਅੱਜ ਦੇ ਇਸ ਕੈਂਪ ਵਿੱਚ ਦਿਲਚਸਪ ਗੱਲ ਇੱਥੇ ਇਹ ਰਹੀ ਕਿ ਜੋ SMO ਰਾਜਪੁਰਾ ਨੇ ਕੋਰੋਨਾ ਵਾਰੀਅਰਸ ਦੇ ਰੂਪ ਵਿੱਚ ਜੋ ਟੀਮ ਭੇਜੀ ਸੀ ਉੱਥੇ ਖੜੇ ਲੋਕਾਂ ਨੇ ਉਹਨਾਂ ਤੇ ਪੱਖਪਾਤ ਕਰਨ ਦੇ ਦੋਸ਼ ਲਗਾਏ। ਅੱਜ ਜੋ ਤੁਸੀਂ ਇੱਥੇ ਇੰਜੈਕਸ਼ਨ ਲਵਾਉਣ ਆਏ ਹੋ ਕਿੱਦਾਂ ਦੀ ਕੀ ਸਮੱਸਿਆ ਆਈ ਹੈ? ਦੇਖੋ ਜੀ, ਸਰਕਾਰ ਤਾਂ ਠੀਕ ਕਰ ਰਹੀ ਹੈ, ਟੀਕੇ ਭੇਜ ਰਹੀ ਹੈ, ਠੀਕ ਹੈ ਨਾ ਬਾਈ, ਕੋਈ ਡਿਸਟੈਂਸ ਨਹੀਂ, ਕੁਛ ਨਹੀਂ, ਕੋਈ ਸਿਸਟਮ ਨਹੀਂ, ਕੋਈ ਅੰਦਰ ਜਾਣ ਦਾ, ਦੋ ਘੰਟੇ ਖੜੇ ਬੰਦੇ ਜਾਣੇ, ਕੋਈ ਵਾਰੀ ਨਹੀਂ ਆ ਰਹੀ, ਦੋ ਨੰਬਰ ਬੰਦੇ ਜਾ ਰਹੇ ਹਨ, ਦੂਜੇ ਬੱਸ ਬੰਦੇ ਹਾਂਜੀ ਲੈਣ ਸੀ ਉੱਥੇ ਖੜੀ ਹੈ, ਲੈਣ ਨਹੀਂ ਹਿਲ ਰਹੀ ਬਿਲਕੁਲ ਦੋ ਘੰਟੇ ਤੋਂ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇੰਜੈਕਸ਼ਨ ਲਾਇਆ? ਮੈਨੂੰ 11:15 ਵਜੇ ਆਇਆ ਮੈਂ। ਇੰਜੈਕਸ਼ਨ ਲੱਗ ਗਿਆ? ਨਹੀਂ ਲੱਗਣਾ ਹਲੇ ਪਰਚੀ ਨਹੀਂ ਬਣੀ। ਅੱਛਾ, 2 ਘੰਟੇ ਹੋ ਗਏ ਤੁਸੀਂ ਇੱਥੇ ਖੜੇ ਹੋ? ਹਲੇ ਪਰਚੀ ਨਹੀਂ ਬਣੀ ਮਹਾਰਾਜ, ਉੱਥੇ ਖੜੇ ਆ। ਅੰਦਰ ਵੀ ਕੋਈ ਤੁਸੀਂ ਕਿਹਾ ਵੀ ਹਾਂ ਲਾਈਨ 'ਚ ਖੜੇ? ਕਿਉਂ, ਕਿੰਨੇ ਵਾਰੀ ਕਿਹਾ? ਰਸਤਾ ਦੂਜਾ ਚੋਰ ਰਸਤਾ, ਉੱਧਰ ਜਾਂਦਿਆਂ ਜਾਂਦਿਆਂ ਚੱਕੇ ਕੋਈ ਮੰਤਰੀ ਬੰਦਾ, ਕੋਈ ਕਹਿੰਦਾ ਹਮਸ਼ੀਰ ਬੰਦਾ ਜੀ, ਮੈਂ ਇੱਥੇ ਪਰਚੀ ਨਾਲ ਜਾ ਰਿਹਾ ਅੰਦਰ, ਸਹੀ ਬੰਦੇ ਲਾਈਨ 'ਚ ਖੜੇ ਵੇ। ਇਸ ਬਾਬਤ ਟੀਮ ਦੀ ਹੈਡ ਡਾਕਟਰ ਪੂਜਾ ਨਾਲ ਗੱਲ ਕੀਤੀ, ਉਹਨਾਂ ਨੇ ਪੱਤਰਕਾਰਾਂ ਨਾਲ
ਬੇਢੰਗ ਤਰੀਕੇ ਨਾਲ ਗੱਲਬਾਤ ਕੀਤੀ ਤੇ ਕਿਸੇ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਜਿੱਥੇ ਮਰਜ਼ੀ ਸ਼ਿਕਾਇਤ ਕਰਨੀ ਹੈ ਕਰ ਦਿਓ।